Thank you for watching pre tiles today I am here with cue card that is in the Jan 2 April 2024 mock IELTS PDF describe a long term goal you would like to achieve describe karna hai koi bhi idda da ambition goal matlab aim toada dream jeda ki tusi sochya hoye onu achieve karan bare long term da matlab hai ki tusi lambe samay layi us cheez nu follow karke apna jeda aim ha onu hasil karan da sochya hoye ਇਹ ਦੇ ਬੁਲੇਟ ਪੁਆਇੰਟ ਕੁਛ ਇਸ ਤਰ੍ਹਾਂ ਨੇ ਯੂ ਸ਼ੁੱਡ ਸੇ ਤੁਸੀਂ ਇਸ ਵਿੱਚ ਕੀ ਕੀ ਐਕਸਪਲੇਨ ਕਰਨਾ ਹੈ ਵਾਟ ਦਾ ਗੋਲ ਇਜ਼ ਤੁਹਾਡਾ ਜਿਹੜਾ ਡ੍ਰੀਮ ਹੈ ਉਹ ਹੈ ਕਿ ਹਾਊ ਲੌਂਗ ਹੈਵ ਯੂ ਹੈਡ ਦਿਸ ਗੋਲ ਤੁਸੀਂ ਕਿੰਨੇ ਸਮੇਂ ਲਈ ਇਸ ਨੂੰ ਫਾਲੋ ਕਰਨਾ ਜਾਂ ਹਾਸਿਲ ਕਰਨ ਬਾਰੇ ਸੋਚਿਆ ਕਿੰਨਾ ਸਮਾਂ ਲੱਗੇਗਾ ਇਸ ਨੂੰ ਹਾਸਿਲ ਕਰਨ ਲਈ ਹਾਊ ਯੂ ਊਡ ਅਚੀਵ ਤੁਸੀਂ ਕਿਸ ਤਰ੍ਹਾਂ ਇਸ ਨੂੰ ਅਚੀਵ ਕਰੋਗੇ ਐਂਡ ਐਕਸਪਲੇਨ ਵਾਈ ਯੂ ਸੈੱਡ ਦਿਸ ਗੋਲ অর ਐਕਸਪਲੇਨ ਕਰਨਾ ਹੈ ਕਿ ਤੁਸੀਂ ਇਸ ਗੋਲ ਨੂੰ ਹੀ ਕਿਉਂ ਚੁਣਿਆ ਆਪਣੇ ਹਾਸਿਲ ਕਰਨ ਲਈ ਬੁਲੇਟ ਪੁਆਇੰਟਸ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਕਿ ਤੁਸੀਂ ਆਪਣੇ ਕਿਊ ਕਾ ਦਾ ਸਟਰਕਚਰ ਵਧੀਆ ਤਰੀਕੇ ਨਾਲ ਬਣਾ ਕੇ ਬੋਲ ਸਕਦੇ ਹੋ ਇਸ ਦੇ ਨਾਲ ਤੁਸੀਂ WH ਕੁਐਸਚਨ ਦੇ ਥਰੂ ਵੀ ਆਪਣੇ ਜਿਹੜਾ ਕਿਊ ਕਾਰਡ ਨੂੰ ਅਨਸਰ ਕਰ ਸਕਦੇ ਹੋ। ਇਹੀ ਸੇਮ ਕਿਊ ਕਾਰਡ ਜਿਹੜਾ ਹੈ ਤੁਹਾਨੂੰ ਦੋ ਤਰੀਕੇ ਨਾਲ ਹੋਰ ਵੀ ਪੁੱਛਿਆ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਡਿਸਕ੍ਰਾਈਬ ਅ ਗੋਲ ਯੂ ਵਾਂਟ ਟੂ ਅਚੀਵ ਡਿਸਕ੍ਰਾਈਬ ਕਰਨਾ ਹੈ ਕੋਈ ਵੀ ਏਮ ਜਿਹੜਾ ਕਿ ਤੁਸੀਂ ਅਚੀਵ ਮਤਲਬ ਪੂਰਾ ਕਰਨਾ ਚਾਹੁੰਦੇ ਹੋ। ਡਿਸਕ੍ਰਾਈਬ ਐਨ ਐਂਬੀਸ਼ਨ ਮੀਨਸ ਏਮ ਜਾਂ ਫਿਰ ਗੋਲ ਜਿਹੜਾ ਕਿ ਤੁਸੀਂ ਸੋਚਿਆ ਲੌਂਗ ਟਰਮ ਦੇ ਲਈ ਉਹਨੂੰ ਫੁੱਲਫਿਲ ਕਰਨਾ। ਇਹ ਦੋ ਤਰੀਕੇ ਨੇ ਜਿਸ ਦੇ ਨਾਲ ਤੁਹਾਨੂੰ ਇੱਕ ਕਿਊ ਕਾਰਡ ਜਿਹੜਾ ਹੈ ਪੁੱਛਿਆ ਜਾ ਸਕਦਾ ਔਰ ਇਹਦਾ ਜਿਹੜਾ ਆਈਡੀਆ ਹੋਵੇਗਾ ਬਿਲਕੁਲ ਸੇਮ ਹੋਵੇਗਾ। ਤੁਸੀਂ ਸੇਮ ਆਈਡੀਆ ਦੇ ਨਾਲ ਇਹਨਾਂ ਤਿੰਨਾਂ ਵਿੱਚੋਂ ਜਿਹੜਾ ਕੋਈ ਵੀ ਤੁਹਾਨੂੰ ਕਯੂ ਕਾਰਡ ਪੁੱਛਿਆ ਜਾਏਗਾ ਉਹਨੂੰ ਜਿਹੜਾ ਤੁਸੀਂ ਬੋਲ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਜਿਹੜੀ ਆ ਕਿਸ ਤਰ੍ਹਾਂ ਤੁਸੀਂ ਓਪਨਿੰਗ ਲਾਈਨਸ ਜਿਹੜੀਆਂ ਬੋਲ ਸਕਦੇ ਹੋ ਸਕਯੂ ਕਾਰਡ ਲਈ ਉਹਨਾਂ ਨੂੰ ਐਕਸਪਲੇਨ ਕਰਾਂਗੀ ਉਸ ਤੋਂ ਬਾਅਦ ਮੈਂ ਜਿਹੜਾ ਆ ਇਹਦੇ ਬੁਲੇਟ ਪੁਆਇੰਟ ਵਨ ਬਾਈ ਵਨ ਐਕਸਪਲੇਨ ਕਰਾਂਗੀ ਮੈਂ ਐਸਟੈਬਲਿਸ਼ਿੰਗ ਗੋਲਸ ਐਂਡ ਕੰਪਲੀਸ਼ਿੰਗ ਥੈਮ ਆਫਰਸ ਅ ਸੈਂਸ ਆਫ ਫੁਲਫਿਲਮੈਂਟ ਐਸਟੈਬਲਿਸ਼ਿੰਗ ਦਾ ਕਿਸੇ ਚੀਜ਼ ਨੂੰ ਸਥਾਪਿਤ ਕਰਨਾ ਆਪਣੇ ਮਨ ਦੇ ਵਿੱਚ ਲੈ ਕੇ ਆਉਣਾ ਗੋਲਸ ਮਤਲਬ ਏਮਸ ਦਸੀ ਵਰਡ ਜਿਹੜਾ ਇਸ ਲਈ ਬੋਲ ਸਕਦੇ ਹੋ ਅਕੰਪਲੀਸ਼ਿੰਗ ਦਾ ਮਤਲਬ ਹੁੰਦਾ ਹੈ ਫੁੱਲਫਿਲ ਕਰਨਾ ਜਾਂ ਫਿਰ ਕੰਪਲੀਟ ਕਰਨਾ ਕਿੰ데요 ਕਿ ਆਪਣੇ ਏਮਸ ਨੂੰ ਸਥਾਪਿਤ ਕਰਨਾ ਔਰ ਉਹਨਾਂ ਨੂੰ ਕੰਪਲੀਟ ਕਰਨਾ ਇੱਕ ਆਫਰ ਕਰਦਾ ਹੈ ਸੈਂਸ ਆਫ ਫੁੱਲਫਿਲਮੈਂਟ ਮਤਲਬ ਕਿਸੇ ਚੀਜ਼ ਨੂੰ ਪੂਰਾ ਕਰਨਾ ਵੈਦਰ ਥੀਸ ਆਰ ਲੌਂਗ ਟਰਮ ਗੋਲਸ ਔਰ ਸ਼ਾਰਟ ਟਰਮ ਗੋਲਸ ਭਾਵੇਂ ਹੀ ਵੈਦਰ ਦਾ ਮਤਲਬ ਹੁੰਦਾ ਹੈ ਭਾਵੇਂ ਹੀ ਉਹ ਜਿਹੜਾ ਹੈਗਾ ਆ ਲੌਂਗ ਟਰਮ ਦਾ ਤੁਹਾਡਾ ਗੋਲ ਹੈ ਚਾਹੇ ਉਹ ਸ਼ਾਰਟ ਟਰਮ ਦਾ ਹੈ ਇਸੇ ਚੀਜ਼ ਨੂੰ ਆਪਣੇ ਦਿਮਾਗ 'ਚ ਸਥਾਪਿਤ ਕਰਨਾ ਉਹਨੂੰ ਕੰਪਲੀਟ ਕਰਨਾ ਤੁਹਾਨੂੰ ਆਫਰ ਆ ਤੁਹਾਡੀ ਜਿਹੜੀ ਆਫਰ ਕਰਦਾ ਇੱਕ ਸੈਂਸ ਜਿਹੜੀ ਆ ਜਿੰਨੂੰ ਕਿ ਤੁਸੀਂ ਕਹਿੰਦੇ ਹੋ ਕਿ ਪੂਰਾ ਹੋ ਜਾਏਗਾ ਉਹ ਚੀਜ਼ ਭਾਵੇਂ ਉਹ ਸ਼ਾਰਟ ਟਰਮ ਹੈ ਚਾਹੇ ਉਹ ਲੌਂਗ ਟਰਮ ਹੈ ਆਈ ਹੈਵ ਅਚੀਵਡ 플ੈਂਟੀ ਆਫ ਆਬਜੈਕਟਿਵਸ ਇਨ ਮਾਈ ਲਾਈਫ ਮੈਂ ਕਾਫੀ ਜ਼ਿਆਦਾ 플ੈਂਟੀ ਆਫ ਦਾ ਮਤਲਬ ਹੁੰਦਾ ਹੈ ਨੰਬਰ ਆਫ ਔਰ ਇਹਦੀ ਜਗ੍ਹਾ ਤੁਸੀਂ ਮੈਨੀ ਵਰਡ ਵੀ ਯੂਜ਼ ਕਰ ਸਕਦੇ ਹੋ ਮੈਂ ਕਾਫੀ ਜ਼ਿਆਦਾ ਆਪਣੀ ਲਾਈਫ ਦੇ ਵਿੱਚ ਆਬਜੈਕਟਿਵਸ ਜਿਹੜੇ ਆ ਉਹ ਪੂਰੇ ਕੀਤੇ ਨੇ here i want to share some light on a ambition ya fir goal bhi bol sakde ho that i want to achieve done the line but is var main ek ehoji ambition di gal karan ja rahi ha jehdi ki main achieve karna chahundi ha done in line means complete ek idiom hai ida matlab hunda hai complete karna chahundi ha what the goal is and how you ਵੁੱਡ ਅਚੀਵ ਉਹ ਗੋਲ ਕੀ ਹੈ ਔਰ ਤੁਸੀਂ ਇਸ ਨੂੰ ਕਿਸ ਤਰ੍ਹਾਂ ਅਚੀਵ ਕੀਤਾ ਰੀਸੈਂਟਲੀ ਆਈ ਕੰਪਲੀਟਿਡ ਮਾਈ ਸਟੱਡੀ ਇਨ ਨਾਨ ਮੈਡੀਕਲ ਸਟਰੀਮ ਰੀਸੈਂਟਲੀ ਹੀ ਮੈਂ ਆਪਣੀ ਜਿਹੜੀ ਸਟੱਡੀ ਹੈਗੀ ਆ ਉਹ ਨਾਨ ਮੈਡੀਕਲ ਦੇ ਵਿੱਚ ਕੰਪਲੀਟ ਕੀਤੀ ਹੈ ਨਾਉ ਆਈ ਐਮ ਲੁਕਿੰਗ ਫਾਰਵਰਡ ਟੂ ਪਰਸੂਇੰਗ ਮਾਈ ਫਰਦਰ ਸਟੱਡੀ ਇਨ ਅਬਰਾਡ ਔਰ ਮੈਂ ਹੁਣ ਸੋਚ ਰਹੀ ਹਾਂ ਕਿ ਮੈਂ ਜਿਹੜੀ ਬਾਕੀ ਆਪਣੀ ਜਿਹੜੀ ਸਟੱਡੀ ਹੈਗੀ ਆ ਅਬਰਾਡ ਵਿੱਚ ਜਾ ਕੇ ਕੰਪਲੀਟ ਕਰਾਂ ਮਤਲਬ ਪਰਸੂਇੰਗ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਲੈਣਾ ਔਰ ਆਪਣੀ ਜਿਹੜੀ ਫਰਦਰ ਸਟੱਡੀ ਆ ਉਹ ਮੈਂ ਅਬਰਾਡ ਜਾ ਕੇ ਕੰਪਲੀਟ ਕਰਨਾ ਚਾਹੁੰਦੀ ਹਾਂ Hopefully I will get desired bands in aisles and uh, I will be able to go to my desired country soon hopefully bahut hi vadiya tarike de naal main desired matlab meri ichha de mutabik chine mainu bands chahiye si aisles vichon oh mainu aa chuke ne and I will be able matlab main able ha ki main desired country de vich jehdi a oh ja sakan jaldi thereby by the dint of a hard working determination I will complete my study course with great success triumph ਔਰ ਇਸਦੇ ਨਾਲ ਚਲਦੇ ਚਲਦੇ ਹੀ ਮੈਂ ਹਾਰਡਵਰਕ ਔਰ ਡਿਟਰਮੀਨੇਸ਼ਨ ਦੇ ਨਾਲ ਆਪਣੀ ਜਿਹੜੀ ਸਟੱਡੀ ਕੋਰਸ ਆ ਉਹਨੂੰ ਕੰਪਲੀਟ ਕਰਾਂਗੀ ਵਿਦ ਟ੍ਰਾਇੰਫ ਔਰ ਸਕਸੈਸ ਮੀਨਸ ਇਹਨਾਂ ਦੇ ਦੋਵਾਂ ਵਿੱਚੋਂ ਤੁਸੀਂ ਕੋਈ ਵਰਡ ਵੀ ਯੂਜ਼ ਕਰ ਸਕਦੇ ਹੋ ਟ੍ਰਾਇੰਫ ਦਾ ਮਤਲਬ ਵੀ ਸਕਸੈਸ ਹੀ ਹੁੰਦਾ ਹੈ ਥੈਨ ਆਈ ਊਡ ਬੀ ਐਲੀਜੀਬਲ ਟੂ ਗੈਟ ਅ ਜੌਬ ਆਫ ਅ ਫਿਜ਼ਿਕਸ ਟੀਚਰ ਇਨ ਵਨ ਆਫ ਦ ਰਿਅਨ ਸਕੂਲਸ ਇਸਦੇ ਕੰਪਲੀਟ ਹੋਣ ਦੇ ਨਾਲ ਸਕਸੈਸ ਦੇ ਨਾਲ ਮੈਂ ਕੀ ਐਲੀਜੀਬਲ ਹੋ ਜਾਾਂਗੀ ਕਿ ਮੈਂ ਕਿਸੇ ਵਧੀਆ ਜਿਹੜੇ ਸਕੂਲ ਦੇ ਰਿਅਨ ਦਾ ਮਤਲਬ ਹੁੰਦਾ ਹੈ ਫੇਮਸ ਸਕੂਲ ਦੇ ਵਿੱਚ ਫਿਜ਼ਿਕਸ ਟੀਚਰ ਦੀ ਜਿਹੜੀ ਜੌਬ ਆ ਉਹ ਲੈ ਸਕਾਂਗੀ ਹਾ ਲੋੰਗ ਯੂ ਹੈਡ ਥਿਸ ਗੋਲ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਇਸ ਗੋਲ ਬਾਰੇ ਸੋਚ ਰਹੇ ਸੀ ਅੰਬੀਸ਼ਨ ਬਾਰੇ ਸੋਚ ਰਹੇ ਸੀ ਆਈ ਹੋਪ ਆਈ ਵਿਲ ਮੀਟ ਵਿਦ ਮਾਈ ਟਾਰਗੇਟ ਵਿਥਿਨ 1 ਡੈਕੇਡ ਮੈਨੂੰ ਲੱਗਦਾ ਆ ਮੈਂ ਆਸ ਕਰਦੀ ਆ ਕਿ ਮੈਂ ਇਸ ਟਾਰਗੇਟ ਨੂੰ ਇੱਕ 10 ਸਾਲ ਦੇ ਵਿੱਚ ਵਿੱਚ ਜਿਹੜਾ ਆ ਕੰਪਲੀਟ ਕਰ ਲਵਾਂ 1 ਡੈਕੇਡ ਦਾ ਮਤਲਬ ਹੁੰਦਾ ਹੈ 10 ਸਾਲ 10 ইয়ার্স ਦਾ ਜਿਹੜਾ ਪੂਰਾ ਰਾਉਂਡ ਹੁੰਦਾ ਹੈ ਉਹਨੂੰ ਬੋਲਦੇ ਹੈ ਗਿਆ ਵਨ ਡੈਕੇਡ ਵਨ ਡੈਕੇਡ ਦੇ ਵਿੱਚ ਵਿੱਚ ਮੈਂ ਆਪਣਾ ਜਿਹੜਾ ਇਹ ਟਾਰਗੇਟ ਐ ਨੂੰ ਕੰਪਲੀਟ ਕਰ ਲਵਾਂਗੀ ਵੈਨ ਆਈ ਵਾਸ ਟੀਨੇਜਰ ਜਦੋਂ ਮੈਂ ਟੀਨੇਜਰ ਸੀ ਆਈ ਆਲਵੇਸ ਡ੍ਰੀਮਡ ਆਫ ਬਿਕਮਿੰਗ ਸਕਸੈਸਫੁਲ ਟੀਚਰ ਜਦੋਂ ਮੈਂ ਟੀਨੇਸ਼ ਮੈਂ ਇੱਕ ਸਕਸੈਸਫੁਲ ਟੀਚਰ ਜਿਹੜੀ ਆ ਬਣਾਂਗੀ ਦਿਸ ਇ ਮੋਸਟ ਇੰਟਰਸਟਿੰਗ ਜੋਬ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਜੋਬ ਹੈ why you set this goal ਤੁਸੀਂ ਇਸ ਗੋਲ ਨੂੰ ਕਿਉਂ ਸੈੱਟ ਕੀਤਾ this is highly well paid ਇਹ ਹਾਈਲੀ ਜਿਹੜਾ ਪੇਡ ਹੈਗੀ ਆ ਇਹ ਜਿਹੜੀ ਮੇਰਾ ਡ੍ਰੀਮ ਹੈਗਾ ਇਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਅੱਛੀ ਪੇਮੈਂਟ ਮਿਲੇਗੀ ਐਸ ਵੈਲ ਐਸ ਡੀਸੈਂਟ ਜੌਬ ਔਰ ਇਹਦੇ ਨਾਲ ਨਾਲ ਇੱਕ ਡੀਸੈਂਟ ਜੌਬ ਵੀ ਹੈ ਆਈ ਕੈਨ ਨਾਟ ਓਨਲੀ ਹੈਲਪ ਮਾਈ ਓਨਲੀ ਦੀ ਜਗ੍ਹਾ ਤੁਸੀਂ ਸੌਲੀ ਵਰਡ ਵੀ ਯੂਜ਼ ਕਰ ਸਕਦੇ ਹੋ ਮੈਂ ਸਿਰਫ ਆਪਣੀ ਫੈਮਿਲੀ ਦੀ ਫਾਈਨੈਂਸ਼ੀਅਲੀ ਹੈਲਪ ਨਹੀਂ ਕਰਨਾ ਚਾਹੁੰਦੀ ਬਟ ਆਲਸੋ ਸੇਵ ਅਪ ਫਾਰ ਲੇਟਰ ਯੂਜ਼ ਔਰ ਮੈਂ ਆਪਣੇ ਬਾਕੀ ਲਾਈਫ ਲਈ ਸੇਵ ਵੀ ਕਰਨਾ ਚਾਹੁੰਦੀ ਹਾਂ ਮਨੀ ਨੂੰ i would be overwhelming happy overwhelming ਦਾ ਮਤਲਬ ਹੁੰਦਾ ਹੈ ਮੈਜੋਰਟੀ ਮੀਨਸ ਬਹੁਤ ਜ਼ਿਆਦਾ ਹੈਪੀ ਹਾਂ ਟੂ ਸਰਮਾਈਜ਼ ਥੈਟ ਸਰਮਾਈਜ਼ ਦਾ ਮਤਲਬ ਹੁੰਦਾ ਹੈ ਥਿੰਕ ਔਰ 에ਦੀ ਜਗਾ ਤੇ ਤੁਸੀਂ ਜਿਹੜਾ ਹੈ ਡੀਮ ਵਰਡ ਵੀ ਬੋਲ ਸਕਦੇ ਹੋ ਟੂ ਡੀਮ ਥੈਟ ਆਈ ਹੈਵ ਅਚੀਵਡ ਇਨ ਮਾਈ ਲਾਈਫ ਔਰ ਮੈਂ ਇਨ ਬਹੁਤ ਜ਼ਿਆਦਾ ਖੁਸ਼ ਹਾਂ ਇਹਨੂੰ ਸੋਚ ਕੇ ਹੀ ਕਿ ਮੈਂ ਇਸ ਨੂੰ ਆਪਣੀ ਲਾਈਫ ਦੇ ਵਿੱਚ ਕੀ ਹੈ ਫੁੱਲਫਿਲ ਕਰਾਂਗੀ ਓਵਰ ਆਲ ਦੇ ਵਿੱਚ ਤੁਸੀਂ ਕੀ ਬੋਲ ਸਕਦੇ ਹੋ टू कट द लोंग स्टोरी शॉर्ट टू लक टू कट द लोंग ओवरऑल बोल सकते हो टू कट द लॉन्ग स्टोरी शॉर्ट है कि ईडीएम है यदि जगह ऑल इन ऑल या फिर टू कैप इट ऑल भी बोल सकते हो टू बिकम ए टीचर इज माई लॉन्ग टर्म एम्बीशन एक टीचर बनना मेरा लॉन्ग टर्म एम्बीशन है दैट आई वुड कंप्लीट बाय श्योर जो कि मैं जरूर कंप्लीट करा इन द अपकमिंग ईयरस ਅਪਕਮਿੰਗ ইয়ারਸ ਵਿੱਚ ਤੁਸੀਂ ਫਿਊਚਰ ਵਰਡ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਫੋਰਥਕਮਿੰਗ ইয়ারਸ ਵੀ ਬੋਲ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਨੂੰ ਜ਼ਰੂਰ ਕੰਪਲੀਟ ਕਰਾਂਗੀ। ਹੋਪਫੁਲੀ ਇਹ ਜਿਹੜਾ ਆਈਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ ਕਿਉਂਕਿ ਬਹੁਤ ਹੀ ਈਜ਼ੀ ਵੇ ਦੇ ਨਾਲ ਈਟੀਐਮ اور ਵੋਕੇਬਲਸ ਕਰਕੇ ਮੈਂ ਇਸ ਨੂੰ ਐਕਸਪਲেইন ਕੀਤਾ ਹੈ। ਅਗਰ ਤੇ ਤੁਹਾਨੂੰ ਆਈਡੀਆ ਪਸੰਦ ਆਇਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ اور ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਥੈਂਕ ਯੂ।